रवि कुमार जी। अच्छा, जी लड़की की डेथ हुई है तो की लगनी थी मेरी पत्नी। तो किस तरह पता लग गया भी घटना हुई? मैंने फोन आया सी, वो भी मैंने इतने आके पता लगा, घर नहीं पता लगा। लड़की कितने अपने पिंड से किसी पिंड की? पिंड से अपने। अच्छा अच्छा, जो हम उसे नहर की काफ़ी सैडा काफ़ी हालत खराब है, की मांग करते क्योंकि आए दिन इधर मामले देखने मिल रहे हैं? अज तो सरकार तो यही मांग करते हैं जान सही किया जाए सारा कुछ। हाँ जी, की है? मेरा नाम रमन कुमार है जी। अच्छा, रात की घटना हुई है मतलब थोड़ी सिस्टर न्याय डिवीजन मौत की मामले की चीज़ जो मेरी छोटी भैन गई, दोनों भैन भरा ना सवेरे शामी दवाई लैन गई, 7 बजे घरों निकले गए तो उसकी दवाई लैके ना रवि डॉक्टर तो आए से अं तो अभी अपनी बड़ी भैन के घर जाते पे थोड़े तो वो जगयाल वाला जो पुल नहीं पार कर देने एक बच्चा आ गया अगे और बच्चा बिच बजन के कारण मोटरसाइकिल सामने गए, मैं तीन मोटरसाइकिल से मैं तो मेरी भैन तीन बिच डिगी बाजा बुजा मारिया लोग इकट्ठे किए फिर लगन लगे अठ बज कुछ मिनट होने ਕੀ ਮੰਗ ਕਰਦੇ ਸਰਕਾਰ? ਉੱਥੇ ਡੰਗਰ ਡੁੰਗਰ ਕਾਫੀ ਅੱਗੇ ਘੁੰਮ ਰਹੇ ਆ, ਕਾਫੀ ਐਕਸੀਡੈਂਟ ਵੀ ਹੋ ਰਹੇ ਆ ਤੇ ਕਾਫੀ ਮਤਲਬ ਮੌਤਾਂ ਵੀ ਹੋ ਰਹੀਆਂ, ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੰਗ ਇਹੀ ਹੈ ਜੀ, ਜਾਂ ਤਾਂ ਨਹਿਰ ਉੱਚੀ ਕਰ ਦਿੱਤੀ ਜਾਂ ਤਾਂ ਆਲੇ ਦੁਆਲੇ ਜੰਗਲ ਲਾਇਆ ਜਾਵੇ, ਨਹਿਰ ਤੇ ਸੜਕ ਬਿਲਕੁਲ ਬਰਾਬਰ ਹੈ, ਜੇ ਕੋਈ ਵੀ ਵਿੱਚ ਬੱਜੇ ਸਿੱਧਾ ਨਹਿਰ ਦੇ ਵਿੱਚ ਹੀ ਜਾਂਦਾ ਜੀ ਬੰਦਾ ਵਗੈਰਾ। ਉਹਨਾਂ ਦੇ ਮੋਟਰਸਾਈਕਲ ਅੱਗੇ ਆ ਗਈ, ਉਹਨੂੰ ਬਚਾਉਂਦੇ ਹੋਏ ਸੱਜੇ ਹੱਥ ਨੂੰ ਮੋਟਰਸਾਈਕਲ ਰਮਨ ਕੁਮਾਰ ਨੇ ਕੱਟਿਆ ਤਾਂ ਸੱਜੇ ਹੱਥ ਕੱਟਣ ਤੇ ਹੀ ਮੋਟਰਸਾਈਕਲ ਬੇਕਾਬੂ ਹੋ ਕੇ ਸਿੱਧਾ ਨਹਿਰ ਵਿੱਚ ਭਰਾ ਤੇ ਭੈਣ ਸਮੇਤ ਮੋਟਰਸਾਈਕਲ ਡਿੱਗ ਗਏ। ਰਮਨ ਕੁਮਾਰ ਜਿਹੜਾ ਤਾਰੀ ਜਾਣਦਾ ਸੀਗਾ, ਜਿਸ ਕਰਕੇ ਉਹ ਬਾਹਰ ਨਿਕਲ ਆਇਆ, ਜਿਸ ਨੇ ਬਾਹਰ ਨਿਕਲ ਕੇ ਕਾਫੀ ਰੌਲਾ ਪਾਇਆ, ਉੱਥੇ ਮੌਜੂਦ ਲਾਗੇ ਲੋਕਾਂ ਦਾ ਰੌਲਾ ਸੁਣ ਕੇ ਉਹ ਰਮਨ ਕੁਮਾਰ ਦੀ ਮਦਦ ਵਿੱਚ ਆਏ, ਜਿਨ੍ਹਾਂ ਨੇ ਕਾਫੀ ਦੇਰ ਮਤਲਬ ਨਹਿਰ ਨੂੰ ਚੈੱਕ ਕਰਦੇ ਰਹੇ, ਲੜਕੀ ਨੂੰ ਲੱਭਦੇ ਰਹੇ। ਕੋਈ ਕਰੀਬ 1.5 ਘੰਟੇ ਦੇ ਕਰੀਬ ਲੜਕੀ ਦੀ ਜਿਹੜੀ ਡੈਡ ਬੋਡੀ ਹੈ ਪਾਣੀ ਦੇ ਉੱਪਰ ਤੈਰਦੀ ਸਿਪਰੀਆਂ ਪੁਲ ਦੇ ਪਾਸ ਤਰਦੀ ਦਿਖਾਈ ਦਿਸੀ, ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਵਿੱਚ ਨਹਿਰ 'ਚੋਂ ਲੜਕੀ ਦੀ ਲਾਸ਼ ਨੂੰ ਕੱਢਿਆ ਅਤੇ ਉਸੇ ਵੇਲੇ ਇਹ ਗੱਡੀ ਵਿੱਚ ਪਾ ਕੇ ਮੁਕੇਰੀਆਂ ਹੌਸਪਿਟਲ ਆ ਗਏ, ਜਿੱਥੇ ਲੜਕੀ ਨੂੰ ਸਾਨੂੰ ਪਤਾ ਲੱਗਾ ਵੀ ਮੱਕੜ ਹੌਸਪਿਟਲ ਮੁਕੇਰੀਆਂ ਲੈ ਕੇ ਆਏ ਆ, ਜਿੱਥੋਂ ਇੱਕ ਸਾਨੂੰ ਸੂਚਨਾ ਥਾਣਾ ਮੁਕੇਰੀਆਂ ਰਾਹੀਂ ਮਸ਼ਹੂਰ ਹੋਈ ਵੀ ਲੜਕੀ ਨਿਕਿਤਾ ਵਾਈਫ ਆਫ ਰਵੀ ਕੁਮਾਰ ਵਾਸੀ ਨਾਰਪੁਰ ਥਾਣਾ ਮੁਕੇਰੀਆਂ, ਜੇ ਜੋ ਡਰਾਇੰਗ ਕਰਕੇ ਉਹਦੀ ਮੌਤ ਹੋਈ ਹੈ ਅਤੇ ਉਹਦੇ ਬਾਰੇ ਕਾਰਵਾਈ ਕਰਨ ਲਈ IO ਭੇਜੋ। ਫਿਰ ਮੈਂ ਇੱਥੇ ਮੌਕੇ 'ਤੇ ਪਹੁੰਚਾ ਮੱਕੜ ਹੌਸਪਿਟਲ, ਰਾਤ ਮੌਕੇ ਪਰ ਲੜਕੀ ਦਾ ਬ੍ਰਦਰ ਰਮਨ ਕੁਮਾਰ ਜੋ ਮੌਕਾ ਦਾ ਗਵਾਹ ਸੀ ਜੇ ਨਾਲ ਇਹ ਹਾਦਸਾ ਵਾਪਰਿਆ ਅਤੇ ਉਸ ਲੜਕੀ ਦਾ ਪਤੀ ਰਵੀ ਕੁਮਾਰ ਅਤੇ ਹੋਰ ਉਹਨਾਂ ਦੇ ਨਾਲ ਦੇ ਪਿੰਡ ਦੇ ਸਾਥੀ ਇੱਥੇ ਮੈਨੂੰ ਮਿਲੇ, ਜਿਨ੍ਹਾਂ ਨੇ ਜਿਸ 'ਤੇ ਰਮਨ ਕੁਮਾਰ ਨੇ ਮੇਰੇ ਪਾਸ ਆਪਣੇ ਜੀਜਾ ਰਵੀ ਕੁਮਾਰ ਦੀ ਹਾਜ਼ਰੀ ਵਿੱਚ ਬਿਆਨ ਲਿਖਾਇਆ ਕਿ ਉਸ ਦੀ ਭੈਣ ਦੀ ਮੌਤ ਕੋਈ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਵਾਰਾ ਪਸ਼ੂ ਆਉਣ ਕਰਕੇ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਭੈਣ ਨਿਕਿਤਾ ਦੀ ਮੌਤ ਪਾਣੀ ਵਿੱਚ ਡੁੱਬਣ ਕਰ ਬਿਆਨ ਹੋਈ ਹੈ, ਜਿਸ ਦਾ ਅੱਜ ਸਿਵਲ ਹੌਸਪਿਟਲ ਮੁਕੇਰੀਆਂ ਵਿਖੇ ਕਾਰਵਾਈ ਜੇਰ ਧਾਰਾ 174 CRP ਤਹਿਤ ਕਰਦੇ ਹੋਏ ਪੋਸਟਮਾਰਟਮ ਕਰਾਇਆ ਜਾ ਰਿਹਾ ਅਤੇ ਵਜ੍ਹਾ ਮੌਤ ਤੋਂ ਡਾਕਟਰ ਸਾਹਿਬ ਵੱਲੋਂ ਜੋ ਰਿਪੋਰਟ ਆਊਗੀ ਉਹਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ, ਜਿੱਥੇ ਆਇਲਸ ਅਤੇ PTE ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।